ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੀ ਦਾਣਾ ਮੰਡੀ ਸਬਰਾ ਵਿਖੇ ਕਿਸਾਨਾਂ ਮਜ਼ਦੂਰਾਂ ਆੜਤੀਆਂ ਅਤੇ ਟਰੱਕ ਡਰਾਈਵਰਾਂ ਨੇ ਇਕੱਤਰ ਹੋ ਕੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਉਪਰੰਤ ਗੱਲਬਾਤ ਕਰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਜ਼ਿਲ੍ਹਾ ਵਿੱਤ ਸਕੱਤਰ ਸਾਹਿਬ ਸਿੰਘ ਸਬਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ 1 ਤਰੀਕ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕੀਤੀ ਗਈ ਹੈ, ਪਰ ਅੱਜ 16 ਤਰੀਕ ਹੋ ਚੁੱਕੀ ਹੈ ਪਰ ਅਜੇ ਤੱਕ ਮੰਡੀਆਂ ਵਿੱਚ ਨਾ ਤਾਂ ਕੋਈ ਸੈਲਰ ਵਾਲਾ ਝੋਨਾ ਖਰੀਦਣ ਆਇਆ ਹੈ ਅਤੇ ਨਾ ਹੀ ਕੋਈ ਸਰਕਾਰੀ ਬਾਬੂ। ਉਹਨਾਂ ਕਿਹਾ ਕਿ ਪਹਿਲਾਂ ਤਾਂ ਕਿਸਾਨਾਂ ਨੂੰ ਹੜਾ ਦੇ ਪਾਣੀਆਂ ਨੇ ਮਾਰ ਲਿਆ, ਹੁਣ ਮੰਡੀਆਂ ਵਿੱਚ ਪਈ ਝੋਨੇ ਦੀ ਬਚੀ ਕੁਚੀ ਫਸਲ ਪਈ ਹੈ ਉਹ ਬਾਰਿਸ਼ ਦੇ ਪਾਣੀ ਕਾਰਨ ਖਰਾਬ ਹੁੰਦੀ ਜਾ ਰਹੀ ਹੈ, ਜਿਸ ਵੱਲ ਪੰਜਾਬ ਸਰਕਾਰ ਦਾ ਕੋਈ ਵੀ ਧਿਆਨ ਨਹੀਂ ਜਾ ਰਿਹਾ। ਜਾਣਕਾਰੀ ਆ ਇਹੋ ਹੀ ਆ ਕਿ ਜਿਹੜੀ ਇਹ ਆਮ ਸਰਕਾਰ ਹੈ ਵੱਡੀਆਂ ਵੱਡੀਆਂ ਡੇਂਗਾ ਮਾਰਦੀ ਹੀ ਵੀ ਅਸੀਂ ਲੋਕਾਂ ਨੂੰ ਰੁਜ਼ਗਾਰ ਦੇਵਾਂਗੇ, ਅਸੀਂ MSP ਦੀ ਗਰੰਟੀ ਦੇਵਾਂਗੇ, ਅਸੀਂ ਫਟਾਫਟ ਜਿਨਸ ਖਰੀਦਾਂਗੇ। ਇਹਨਾਂ ਦੇ ਸਾਰੇ ਵਾਅਦੇ ਖੋਖਲ ਹੋ ਚੁੱਕੇ ਆ। ਬੇਨਤੀ ਇਹ ਆ ਵੀ ਵੇਖਿਆ ਜਾਵੇ, ਧਿਆਨ 'ਚ ਗੱਲ ਲਿਆਂਦੀ ਜਾਵੇ। ਕੋਈ ਵੀ ਸਰਕਾਰ ਆਉਂਦੀ ਆ ਉਹ ਆਪਦੇ ਝੇਤਿਆਂ ਨੂੰ ਟੈਂਡਰ ਦਿੰਦੀ ਆ, ਜਿਹੜੇ ਉਹਦੇ ਝੇਤੇ ਆ ਆਹ ਟਰਾਂਸਪੋਰਟ ਵਿਭਾਗ ਆ, ਆਹ ਟਰੱਕ ਡਰਾਈਵਰ ਆ, ਸਾਡੇ ਵੀ ਟਰੱਕ ਮਾਲਕ ਡਰਾਈਵਰ, ਇਹ ਕਈ ਪਰਿਵਾਰ ਇਹਨਾਂ ਤੋਂ ਰੋਟੀ ਖਾਂਦੇ ਆ। ਇਹਨਾਂ ਨੂੰ ਇਹੋ ਆ ਸੀ ਝੋਨੇ ਦਾ ਸੀਜ਼ਨ ਆਊਗਾ, ਕਾਗਜ਼ ਭਰਿਆ, ਟਾਇਰ ਲਾਇਆ, ਤਨਖਾਹਾਂ ਦਿੱਤੀਆਂ, ਕਿਸ਼ਤਾਂ ਭਰੀਆਂ, ਅਸੀਂ 4 ਗੇੜੇ ਲਾਵਾਂਗੇ। ਉਹਨਾਂ ਆਪਦਿਆਂ ਝੇਤਿਆਂ ਨੂੰ ਟੈਂਡਰ ਦੇ ਕੇ ਅਤੇ ਸਾਰੀ ਸਭਰਾਵਾਂ ਦੇ ਜਿਹੜੇ ਇੱਥੇ ਲੋਕਲ ਸੈਲਰ ਆ, ਪਹਿਲਾਂ ਤਾਂ ਸੈਲਰ ਵਾਲੇ ਆਏ ਨਹੀਂ ਗਏ। ਅੱਜ 1 ਤਰੀਕ ਦਾ ਜਿਹੜਾ ਝੋਨਾ ਖਰੀਦ ਹੋਣ ਡਈ ਸਰਕਾਰ ਦੀ, ਅਤੇ ਅੱਜ 16-17 ਤਰੀਕ ਆ, ਕਿਸੇ ਨੇ ਆਣ ਕੇ ਝੋਨੇ ਨੂੰ ਵੇਖਿਆ ਨਹੀਂ ਗਾ। ਮੰਡੀਆਂ ਦੇ ਵਿੱਚ ਪਹਿਲਾਂ ਮੀਆਂ ਦੀ ਭੇਟ ਚੜਿਆ, ਫਲੱਡਾਂ ਦੀ ਭੇਟ ਚੜਿਆ ਵਾ, ਹੜ੍ਹ ਹੜ੍ਹ ਆਏ ਆ ਨੀਵੇਂ ਇਲਾਕਿਆਂ 'ਚ, ਹੁਣ ਕੱਲ੍ਹ ਦੀ ਬਾਰਿਸ਼ ਸ਼ੁਰੂ ਹੋ ਗਈ ਆ, ਕੋਈ ਝੋਨੇ ਨੂੰ ਵੇਖਣ ਤੱਕ ਨਹੀਂ ਵੇਖ ਰਿਹਾ, ਕੋਈ ਚਕਾਈ ਨਹੀਂ ਹੋ ਰਹੀ। ਟਰੱਕਾਂ ਵਾਲੇ ਵਿਚਾਰਿਆਂ ਨੂੰ ਡੀਕ ਕਰਨ ਦੇ ਸੀ, ਜਿਹੜੇ ਉਹਨਾਂ ਆਪਦੇ ਝੇਤਿਆਂ ਨੂੰ ਟੈਂਡਰ ਦੇ ਦਿੱਤੀਆਂ, ਉਹਨਾਂ ਨੇ ਆਣ ਕੇ ਰੇਟ ਹੀ ਨਹੀਂ ਕੀਤਾ ਇਹਨਾਂ ਨਾਲ, ਜਿਹੜੀ ਆਉਂਦੇ ਸੀ ਅਸੀਂ ਰੁਜ਼ਗਾਰ ਦੇਵਾਂਗੇ। ਅੱਜ ਧਿਆਨ ਮਾਰਿਆ ਜਾਵੇ ਕਿ ਅੱਜ ਵਿਚਾਰੇ ਬੇਰੁਜ਼ਗਾਰ ਧੱਕੇ ਖਾਂਦੇ ਆ, ਨਿੱਕੇ ਨਿੱਕੇ ਇਹਨਾਂ ਦੇ ਬੱਚੇ ਆ, ਜਿਨ੍ਹਾਂ ਦੇ ਆਸਾਂ ਸੀ ਸੀਜ਼ਨ ਆਊਗਾ ਅਤੇ ਅਸੀਂ ਕੋਈ 4 ਗੇੜੇ ਲਾਵਾਂਗੇ, ਕੋਈ ਆਪਦਾ ਕੰਮ ਚਲਾ ਲਾਂਗੇ। ਜਿਹੜੀ ਸਰਕਾਰ ਦੇ ਵਾਅਦੇ ਬਿਲਕੁਲ ਖੋਖਲ ਨਿਕਲੇ ਆ, 1 ਤਰੀਕ ਦਾ ਪਰਚੇਜ ਹੋਈ ਆ, 16 ਤਰੀਕ ਹੋ ਗਏ, 1 ਬੋਰੀ ਨਹੀਂ ਚੁਕਾਈ ਹੋਈ, ਨਾ ਚਾਜਰਾ ਪਰਚੇਜ ਹੋਈ, 18 ਮੋਚਰ ਦਾ ਝੋਨਾ ਵਾ, ਕੀ ਹੁਣ ਮੀਂਹ ਪੈ ਗਿਆ ਮੋਚਰ ਹੁਣ ਘਟ ਗਿਆ, ਕੋਈ ਸ਼ਰਮਾ, ਕਿੱਡੀ ਸ਼ਰਮਾ ਦੀ ਗੱਲ ਆ ਕਿ ਇਹਨਾਂ ਨੇ ਧਿਆਨ ਹੀ ਨਹੀਂ ਦਿੱਤਾ। ਇਹਨਾਂ ਨੇ ਸਰਕਾਰ ਰਾਮ ਦੇ ਨਾਲ ਮਾਈਕਾਂ ਦੇ ਵੜੇ ਵੜੇ ਦਾਵਲ ਕਰਨੀ, ਜੇ ਕਰਤਾ ਵੋ ਕਰਤਾ, ਅੱਜ 15 ਦਿਨ 16 ਹੋ ਗਿਆ ਕੀ ਕਰਤਾ, ਪਹਿਲਾਂ ਸਾਡਾ ਝੋਨਾ ਠਾੜ ਗਲ ਗਿਆ, ਕਿਸਾਨ ਬਰਬਾਦ ਹੋ ਗਿਆ ਵਾ, ਉੱਥੇ ਆੜਤੀਆਂ ਬਰਬਾਦ ਹੋ ਗਿਆ, ਉੱਥੇ ਟਰਾਂਸਪੋਰਟ ਬਰਬਾਦ ਹੋ ਗਿਆ, ਉੱਥੇ ਸਾਡੇ ਵੀਰ ਬਿਹਾਰ ਦੇ ਵਿੱਚੋਂ ਚੱਲ ਕੇ ਲੇਬਰ ਆਈ ਆ, ਇਹ ਧੱਕੇ ਖਾਂਦੀ ਫਿਰਦੀਆਂ ਦਰ ਦਰ, ਇਹ ਕਿਹੜੇ ਰੁਜ਼ਗਾਰ ਦੀਆਂ ਗੱਲਾਂ ਕਰਦਾ ਮਾਣ ਏ। ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਪੰਜਾਬ ਵੱਲੋਂ ਸਰਕਾਰ ਨੂੰ ਅਸੀਂ ਅੱਜ ਤੇ ਹਜੇ ਅਪੀਲ ਤੇ ਬੇਨਤੀ ਕਰਦੇ ਹਾਂ, ਨਹੀਂ ਤਾਂ ਮੁੜ ਕੇ ਮਾਣ ਆਉਂਦਾ, ਇਹ ਜਗ੍ਹਾ ਵੇਂਹਦੇ ਆ, ਜਗ੍ਹਾ ਵੇਖ, ਜਗ੍ਹਾ ਤੇ ਮਾਰੀ ਦੇ ਆ ਨਾ, ਪਹਿਲਾਂ ਗੱਲ ਗੱਲ ਹੁਣ ਇਹ ਬਾਰਿਸ਼ਾਂ ਦਾ ਕੀ ਭੇਟ ਚੜ ਗਿਆ। ਇਹ ਬੇਨਤੀ ਆ ਸਰਕਾਰ ਨੂੰ, ਇਹਨਾਂ ਨੂੰ ਰੇਟ ਫੁੱਲ ਦਿੱਤਾ ਜਾਵੇ, ਇਹ ਮਾਲ ਢੋਣ ਕਿਸਾਨ ਦਾ ਮਾਲ ਚੁੱਕਿਆ ਜਾਵੇ ਅਤੇ ਪੇਮੈਂਟ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਬੇਨਤੀ ਇਹ ਆ ਵੀ ਅਸੀਂ ਗੱਡੀਆਂ ਵਾਲੇ ਡਰਾਈਵਰ ਹਾਂ, ਅਸੀਂ ਵੀ ਮਾਲਕਾਂ ਦੇ ਸਿਰੋਂ ਰੋਟੀ ਖਾਣੀ ਆ। ਇਹਨਾਂ ਮੇਰੇ ਭਗਵੰਤ ਸਰਕਾਰ ਨੇ ਟੈਂਡਰ ਦੇ ਕੇ ਦਿੱਤਾ ਆਮ ਬੰਦਿਆਂ ਨੂੰ, ਆਮ ਬੰਦੇ ਕੋਈ ਸਾਡੀ ਗੱਲ ਨਹੀਂ ਸੁਣਦੇ, ਕੁਛ ਵੀ ਨਹੀਂ ਸਾਡੇ ਪੱਲੇ ਪਾਉਂਦੇ, ਨਾ ਸਾਨੂੰ ਰੇਟ ਦਿੰਦੇ, ਮਾਲਕਾਂ ਸਾਡਿਆਂ ਨਾਲ ਕੋਈ ਗੱਲ ਨਹੀਂ ਕਰਨ ਦਿਆ, ਕੁਛ ਨਹੀਂ ਕਰਨ ਦਏ। ਅਸੀਂ ਵੀ ਉੱਦਾਂ ਭੁੱਖਣ ਭਾਣੇ, ਸਾਨੂੰ 500 ਰੁਪਈਆ ਰੋਟੀ ਖਰਚਾ, ਉਹ ਵੀ ਮਾਲਕ ਸਾਨੂੰ ਦੇਣੋਂ ਹਟ ਗਿਆ, ਅਤੇ ਅਸੀਂ ਕਿੱਧਰ ਜਾਈਏ ਦੱਸੋ। ਇਹਨਾਂ ਨੂੰ ਕੋਈ ਰੇਟ ਦੇਣ, ਅਸੀਂ ਕੋਈ ਗੱਡੀਆਂ ਲੱਦੀਏ, ਅਸੀਂ ਲੋਡ ਕਰੀਏ ਅਤੇ ਅਸੀਂ ਲਾਈਏ ਕਿਸੇ ਬੰਨੇ ਲਾਈਏ ਇਹਨਾਂ ਨੂੰ, ਇਹ ਸਾਨੂੰ ਕੋਈ ਰੇਟ ਨਹੀਂ ਦੇਣਦਾ, ਸਾਡੇ ਨਾਲ ਕੋਈ ਗੱਲ ਨਹੀਂ ਮਾਲਕਾਂ ਨਾਲ ਆਣ ਕੇ ਕਰਨ ਦਏ, ਅਤੇ ਸਾਰਾ ਧੰਦਾ ਹੀ ਇਹਨਾਂ ਚੌਪਟ ਕਰ ਘੱਤਿਆ ਸਾਡਾ। ਵੀ ਜੇ ਕੋਈ ਬਾਹਰ ਦਾ ਬੰਦਾ ਆਉਂਦਾ ਉਹਨੂੰ ਇਹ ਮਾਲ ਨਹੀਂ ਚੁੱਕਣ ਦਿੰਦੇ, ਵੀ ਮਾਲ ਲੱਗਣਾ ਨੋਗਲ,
ते नोकल माल दे चक्कर च अज 15-15 दिन हो गए सानू खलोतियां नू, असीं खाली गड्डियां खड़ियां करके खलोते हां, कोई सानू रेट नहीं देन दिया, कोई कुछ नहीं करन दिया सानू, इसे चक्कर च असीं दूजा मारा वी ला लो अज 15-15 दिन हो गए असीं बाहरों वी आण के गड्डियां डाके खलोते इत्थे वी कोई झोने दा चक्कर आऊ कोई लावांगे कोई 4 पैसे कमावांगे, इन्हां रेट आपदे अंदर खाते ही रेट कर ले आ, साडे नाल मालकां नाल कोई गल नहीं करन दिया, कोई बात नहीं करन दिया, आपदियां ही गड्डियां दा असीं ढोणा माल, तुहानू कोई रेट नहीं देना, दसो असीं किधर जाइए जी। हम बिहार से आए हैं और लेबर लेकर गए हैं आरटीओ के थ्रू काम करने के लिए, यहाँ पर जो है कि किसान जो है वहाँ पर रो रहा है कि यानी मी पड़ रहा है कुछ हो रहा है, तो लेबर यानी पानी से खपा हो रहा है, चोला लार दो फल्ला कर दो चिल्ला कर दो, उसका कौन यानी जिम्मेवार है, चोला का सुखाई नहीं मिलेगा, जिम्मेदार नहीं देगा, आरटीआर नहीं देगा, आरटीआर नहीं बोलता है कि हम क्या करेंगे, रब की कृपा है हम क्या कर सकते हैं, लेकिन वो जो है सरकार जो माल भरे हैं अभी 1 तारीख से वो माल नहीं उठा रहा है, वो माल को ढके कि इसको माल ढके क्या करेगा, पहले उसको जिम्मेवार कौन है, इतना इतना लेबर को बिहार से लेकर गया है, उसका क्या हो सकता है। तरन तारण तो बलजीत सिंह की रिपोर्ट, सिटी होम न्यूज।